ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਇੰਦਰਦੀਪ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਸਾਡੇ ਗੈਸਟ ਪਿਛਲੇ ਪ੍ਰੋਗਰਾਮ ਵਾਲੇ ਹੋਣਗੇ ਗੁਰਦੇਵ ਜੀ ਅਤੇ ਓਂਕਾਰਪ੍ਰੀਤ ਜੀ। ਜਿਹੜੀਆਂ ਗੱਲਾਂ ਪਿਛਲੀ ਵਾਰੀ ਕੀਤੀਆਂ ਸੀਗੀਆਂ ਉਹਨੂੰ ਰੈਪ ਅਪ ਕਰਨ ਦੀ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇੱਕ ਵਾਰੀ ਫਿਰ ਓਂਕਾਰਪ੍ਰੀਤ ਜੀ ਅਤੇ ਗੁਰਦੇਵ ਜੀ ਤੁਹਾਡਾ ਸਵਾਗਤ ਸਟੂਡੀਓ ਦੇ ਵਿੱਚ ਆਉਣ ਦਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਜੀ। ਥੈਂਕ ਯੂ ਜੀ। ਥੈਂਕ ਯੂ। ਪਿਛਲੀ ਵਾਰੀ ਆਪਾਂ ਗੱਲ ਕਰ ਰਹੇ ਸੀਗੇ ਇਸ ਚੋਣ ਪ੍ਰਕਿਰਿਆ 'ਚ ਖਾਸ ਕਰਕੇ ਪੰਜਾਬ ਦੇ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲੱਗੇ ਅਤੇ ਤੁਹਾਡਾ ਵਿਚਾਰ ਸੀਗਾ ਓਂਕਾਰ ਜੀ ਵੀ ਉਹ ਇੱਕ ਡਿਫਰੈਂਟ ਕਿਸਮ ਦੇ ਨਾਅਰੇ ਲੱਗਦੇ ਸੀਗੇ 47 ਤੋਂ ਪਹਿਲਾਂ, ਪਰ ਹੁਣ ਨਾਅਰੇ ਸਿਰਫ ਇੱਕ ਉਹ ਜਜ਼ਬਾਤੀ ਤੌਰ 'ਤੇ ਲੱਗ ਰਹੇ ਆ ਪਰ ਉਹ ਰੀਅਲ ਲੈਟਰ ਐਂਡ ਸਪਿਰਿਟ ਦੇ ਵਿੱਚ ਉਹ ਗੱਲ ਸ਼ਾਇਦ ਨਾ ਹੋਵੇ। ਜੇ ਆਪਾਂ ਸਰੋ ਦਰਸ਼ਕਾਂ ਤੱਕ ਇਹ ਦੱਸੀਏ ਵੀ ਇਹ ਇਨਕਲਾਬ ਜ਼ਿੰਦਾਬਾਦ ਕਿਵੇਂ ਅਤੇ ਕਿੱਥੋਂ ਅਤੇ ਆਪਾਂ ਫਿਰ ਉਸ ਤੋਂ ਅੱਗੇ ਗੱਲ ਤੋਰਦੇ ਹਾਂ ਜੀ। ਬਿਲਕੁਲ, ਇਨਕਲਾਬ ਜਿਹੜਾ ਪਹਿਲੀ ਗੱਲ ਤਾਂ ਇਹਦਾ ਆਪਾਂ ਦਰਸ਼ਕਾਂ ਨੂੰ ਇਹ ਵੀ ਮੈਂ ਦੱਸਣੀ ਚਾਹੁੰਦਾ ਗੱਲ ਵੀ ਇਹਦਾ ਮਤਲਬ ਜਿਹੜਾ ਇਨਕਲਾਬ ਲਫ਼ਜ਼ ਆ ਇਹ ਹੁੰਦਾ ਵੀ ਕੋਈ ਮਹਾਨ ਤਬਦੀਲੀ ਆ ਜਿਹਦੇ ਨਾਲ ਕਿਸੇ ਚੀਜ਼ ਦਾ ਰੂਪ ਜਿਹੜਾ ਉਹ ਬਿਲਕੁਲ ਬਦਲ ਜਾਂਦਾ, ਮਤਲਬ ਇਹ ਇਹਦੇ ਅੱਖਰੀ ਅਰਥ ਹੈ ਜੀ। ਅਤੇ ਜੇ ਆਪਾਂ ਇਹਨੂੰ ਰਾਜਨੀਤਿਕ ਇਨਕਲਾਬ ਦੀ ਗੱਲ ਕਰਦੇ ਹੋਈਏ ਤਾਂ ਉਹ ਆ ਵੀ ਜਦੋਂ ਜਿਹੜੇ ਲੋਕ ਸਿਸਟਮ ਦੇ ਵਿੱਚ ਵਿਦਰੋਹ ਕਰ ਰਹੇ ਆ ਜਿਹੜਾ ਚੱਲ ਰਿਹਾ ਸਿਸਟਮ ਨਿਜ਼ਾਮ ਜਿਹੜਾ, ਅਤੇ ਉਹਨੂੰ ਬਿਲਕੁਲ ਮਤਲਬ ਉਹ ਇੰਪਾਵਰ ਕਰ ਜਾਣ, ਮਤਲਬ ਉਹ ਸੱਤਾ 'ਤੇ ਕਾਬਜ਼ ਹੋ ਕੇ ਅਤੇ ਉਹ ਜਿੱਦਾਂ ਦਾ ਆਪਣੇ ਸੁਪਨਿਆਂ ਦਾ ਜਿਹੜਾ ਰਾਜ ਆ ਜਿੱਦਾਂ ਦਾ ਸ਼ਾਸਨ ਚਾਹੁੰਦੇ ਆ ਉਹ ਲੈ ਆਉਣ, ਮਤਲਬ ਇਹ ਰਾਜਨੀਤਿਕ ਇਨਕਲਾਬ। ਇਹਦੇ 'ਚ ਮਤਲਬ ਇਹ ਤਾਂ ਕਰਦੇ ਜੀ ਤੁਹਾਡੀ ਵੀ ਇਨਪੁਟ ਚਾਹੂੰਗਾ, ਤੁਸੀਂ ਇਹ ਗੱਲ ਕੀਤੀ ਆ ਵੀ ਵਿਰੋਧੀ ਜਿਹੜੇ ਆ ਜਿਹੜੇ ਸਿਸਟਮ ਦੇ ਵਿੱਚ ਜਿਹੜੇ ਸਿਸਟਮ ਦਾ ਵਿਰੋਧ ਕਰ ਰਹੇ ਆ, ਤਾਂ ਇਹਦਾ ਮਤਲਬ ਵੀ ਸਿਸਟਮ ਦਾ ਵਿਰੋਧ ਕਿ ਕੁਛ ਇੱਕ ਰਾਜਨੀਤਿਕ ਪਾਰਟੀਆਂ ਦਾ ਵਿਰੋਧ, ਕਿਉਂਕਿ ਜਿਹੜੇ ਹਿਸਾਬ ਨਾਲ ਹੁਣ ਪੰਜਾਬ ਦੀ ਗੱਲ ਚੱਲ ਰਹੀ ਆ ਅਤੇ ਇਨਕਲਾਬ ਜ਼ਿੰਦਾਬਾਦ ਦਾ ਮਤਲਬ ਇਹ ਆ ਵੀ ਜਿਹੜੀਆਂ ਟ੍ਰੈਡੀਸ਼ਨਲ ਰਾਜਨੀਤਿਕ ਪਾਰਟੀਆਂ ਆ ਉਹਨਾਂ ਦੀ ਵਿਰੋਧੀ ਧਿਰ ਜਿਹੜੀ ਆ ਵੀ ਜੇ ਉਹ ਕਾਬਜ਼ ਹੋ ਗਈ ਤਾਂ ਇਨਕਲਾਬ ਆ ਗਿਆ, ਕੀ ਤੁਸੀਂ ਇਹੀ ਮੰਨਦੇ ਹੋ? ਅੱਜ ਕੱਲ੍ਹ ਤਾਂ ਬਿਲਕੁਲ ਇੱਥੇ ਜਿਹੜਾ ਜਿਵੇਂ ਤੁਸੀਂ ਇੱਥੇ ਤਾਂ ਉਹ ਚੀਜ਼ ਸ਼ੋਅ ਕੀਤੀ ਜਾਂਦੀ ਨਾ ਜੇਕਰ ਕੋਈ ਕੁਛ ਨਾ ਕੋਈ ਤਬਦੀਲੀ ਤਾਂ ਹੋਊਗੀ ਨਾ, ਉਹਨੂੰ ਤੁਸੀਂ ਕਹਿ ਲਓ ਵੀ ਕੋਈ ਬੇਸਿਕ ਫੰਡਾਮੈਂਟਲ ਤਬਦੀਲੀ ਨਹੀਂ ਹੋਣੀ ਕੋਈ, ਪਰ ਉਹਨੂੰ ਹੁਣ ਜਿਵੇਂ ਮਤਲਬ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਆਮ ਤੌਰ 'ਤੇ ਨਾਰਾ ਦਿੰਦੇ ਹੈਗੇ ਇਨਕਲਾਬ ਜ਼ਿੰਦਾਬਾਦ, ਪਰ ਜਿੰਨੀ ਦੇਰ ਤੁਸੀਂ ਉਸੇ ਕੰਸਟੀਟਿਊਸ਼ਨ ਦੇ ਵਿੱਚ ਬੱਝੇ ਹੋਏ ਆ ਸਾਰਾ ਤੁਹਾਡਾ ਜਿਹੜਾ ਦਾਇਰਾ ਹੈਗਾ ਉਹ ਪਾਰਲੀਮੈਂਟਰੀ ਡੈਮੋਕ੍ਰੇਸੀ ਤੱਕ ਹੀ ਸੀਮਤ ਆ, ਉਨੀ ਦੇਰ ਕੋਈ ਫੰਡਾਮੈਂਟਲ ਤਬਦੀਲੀ 'ਤੇ ਗੱਲ ਵੀ ਨਹੀਂ ਤੁਸੀਂ ਕਰਦੇ ਨਾ, ਅਤੇ ਫਿਰ ਅਤੇ ਜਿਹੜੇ ਇਨਕਲਾਬਾਂ ਦੀ ਗੱਲ ਆਪਾਂ ਕਰਦੇ ਹਾਂ ਜਦੋਂ ਇਨਕਲਾਬ ਜ਼ਿੰਦਾਬਾਦ ਜਿੱਦਾਂ ਜਿਵੇਂ ਸ਼ਹੀਦ ਭਗਤ ਸਿੰਘ ਹੋਰੀ ਜਾਂ ਹੋਰ ਜਿਹੜੇ ਪਹਿਲਾਂ ਜਿਹੜੇ ਨਾਰਾ ਲਾਉਂਦੇ ਸੀ ਉਹਨਾਂ ਦਾ ਕੁਛ ਡੀਪ ਮਤਲਬ ਸੀਗਾ ਇਸ ਤੋਂ, ਉਹ ਕੁਛ ਹੋਰ ਡੂੰਘੀਆਂ ਤਬਦੀਲੀਆਂ ਚਾਹੁੰਦੇ ਸੀ ਜਿਹਦੇ ਵਿੱਚ ਸਿਸਟੈਮਿਕ ਤਬਦੀਲੀਆਂ ਆਉਣ ਇਸ ਤਰੀਕੇ ਦੀਆਂ ਜਿਹੜੀਆਂ ਕੁਛ ਫੰਡਾਮੈਂਟਲੀ ਲੋਕਾਂ ਦੀਆਂ ਲਾਈਵਸ ਨੂੰ ਬਦਲ ਸਕਣ। ਪਰ ਤੁਹਾਡੇ ਕਹਿਣ ਮੁਤਾਬਕ ਵੀ ਜਿਹੜਾ ਅੰਗਰੇਜ਼ਾਂ ਵੇਲੇ ਦਾ ਸਿਸਟਮ ਸੀਗਾ ਉਹਨੂੰ ਚੇਂਜ ਕਰਕੇ ਅਤੇ ਲੋਕ ਪੱਖੀ ਸਿਸਟਮ ਸਰਮਾਏਦਾਰੀ ਸਿਸਟਮ ਨੂੰ ਦੂਰ ਕਰਨਾ ਲੋਕ ਪੱਖੀ ਸਿਸਟਮ ਲੈ ਕੇ ਆਉਣਾ? ਨਹੀਂ, ਜਿਵੇਂ ਉਹ ਤਾਂ ਸਾਫ਼ ਹੀ ਜਿਵੇਂ ਮਤਲਬ ਭਗਤ ਸਿੰਘ ਹੋਰੀ ਵੀ ਕਹਿੰਦੇ ਸੀ ਨਾ ਜਿੰਨੀ ਦੇਰ ਚਾਹੇ ਵੀ ਜਿਹੜਾ ਇਨਕਲਾਬ ਤੋਂ ਸਾਡਾ ਭਾਵ ਕਹਿੰਦੇ ਵੀ ਇਹ ਨਹੀਂ ਗਾ ਸਿਰਫ ਵੀ ਇੱਥੋਂ ਬ੍ਰਿਟਿਸ਼ ਨੂੰ ਭਜਾਉਣਾ ਹੈਗਾ, ਹਾਂਜੀ, ਕਿਉਂਕਿ ਉਹਦੇ ਨਾਲ ਵੀ ਜੇ ਕਹਿੰਦੇ ਵੀ ਜੇ ਸਿਸਟਮ ਸਾਰਾ ਉਹੀ ਰਹਿਣਾ ਹੈਗਾ ਤਾਂ ਫਿਰ ਤਬਦੀਲੀ ਤਾਂ ਕਾਹਦੀ ਹੋਈ? ਉਹ ਜਿਵੇਂ ਮਤਲਬ ਜੋ ਵੀ ਬ੍ਰਿਟਿਸ਼ ਨੇ ਜਿਹੜੀ ਸਟੇਟ ਸਟਰਕਚਰ ਜਿਹੜੀ ਕਾਇਮ ਕੀਤੀ ਸੀ ਉਹਨੂੰ ਉਸੇ ਤਰੀਕੇ ਦੇ ਨਾਲ ਰੱਖਿਆ ਗਿਆ, ਬਿਲਕੁਲ ਹਰ ਚੀਜ਼ ਉਹੀ ਰੱਖੀ ਗਈ ਹੈ, ਤਬਦੀਲੀ ਤਾਂ ਕੋਈ ਆਈ ਨਾ ਫਿਰ। ਠੀਕ ਹੈ ਜੀ, ਆਪਾਂ ਵਾਪਸ ਸਿਸਟਮ ਵਾਲੇ ਪਾਸੇ ਅਤੇ ਕੌਂਸਟੀਟਿਊਸ਼ਨ ਵਾਲੇ ਪਾਸੇ ਆਉਂਦੇ ਹਾਂ, ਪਰ ਤੁਸੀਂ ਗੱਲ ਕਰ ਰਹੇ ਸੀਗੇ, ਸੋਰੀ ਮੈਂ ਤੁਹਾਨੂੰ ਇੰਟਰਪਟ ਕੀਤਾ, ਕਿਉਂਕਿ ਕਾਫੀ ਸਾਰੇ ਇਹੀ ਸਮਝਦੇ ਆ ਵੀ ਜਿਹੜੀ ਰਾਜਨੀਤਿਕ ਪਾਰਟੀ ਵਿਰੋਧ 'ਚ ਖੜੀ ਆ ਜੇ ਉਹ ਆ ਗਈ ਤਾਂ ਇਨਕਲਾਬ ਆ ਜਾਣਾ ਹੈ, ਪਰ ਤੁਸੀਂ ਥੋੜ੍ਹੀ ਉਸ ਚੀਜ਼ ਨੂੰ ਕਲੀਅਰ ਕੀਤਾ। ਪਰ ਜੇ ਆਪਾਂ ਵਾਪਸ ਇਨਕਲਾਬ ਜ਼ਿੰਦਾਬਾਦ ਕਿੱਥੋਂ ਅਤੇ ਕਿਵੇਂ ਆਇਆ ਇੰਡੀਅਨ ਸਬ ਕੰਟੀਨੈਂਟ 'ਚ? ਇਹ ਜਿਹੜਾ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਆ, ਜਮਣ ਇਨਕਲਾਬ ਅਤੇ ਜ਼ਿੰਦਾਬਾਦ ਦੋ ਲਫ਼ਜ਼ਾਂ ਨੂੰ ਜੋੜ ਕੇ ਜਿਹੜਾ ਨਾਰਾ ਬਣਿਆ, ਹਾਂਜੀ, ਇਹ ਭਗਤ ਸਿੰਘ ਹੁਣਾਂ ਦੇ ਤੋਂ ਪਹਿਲਾਂ ਮਤਲਬ ਇਹ 1921 ਦੇ ਵਿੱਚ ਪਹਿਲੀ ਵਾਰੀ ਲਾਇਆ ਗਿਆ। ਓਕੇ, ਕਲਕੱਤੇ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਈ ਸੀ, ਲੋਕਾਂ ਨੇ ਲੇਬਰ ਰਾਈਟਸ ਬਾਰੇ ਰੈਲੀ ਹੋਈ ਉਹ, ਅਤੇ ਉੱਥੇ ਪਹਿਲੀ ਵਾਰੀ ਮਤਲਬ ਇਹ ਨਾਰਾ ਜਿਹੜਾ ਸੀ ਲੱਗਾ। ਹਸਰਤ ਮੋਹਾਨੀ ਜਿਹੜੇ ਸੀਗੇ ਉਹ ਬੜੇ ਇਨਕਲਾਬੀ ਕਵੀ ਸੀ, ਆਜ਼ਾਦੀ ਘੁਲਾਟੀਏ ਸੀਗੇ ਜੀ, ਅਤੇ ਉਹਨਾਂ ਨੇ 1921 'ਚ ਉਹ ਜਿਹੜੀ ਰੈਲੀ ਸੀ ਨਾ ਉਹਦੇ ਵਿੱਚ ਬੋਲਦਿਆਂ ਹੋਇਆਂ ਇਹ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਜਿਹੜਾ ਸੀ ਉਹ ਲਾਇਆ ਸੀ ਪਹਿਲੀ ਵਾਰੀ। ਅੱਛਾ, ਅਤੇ ਇਹਨੂੰ ਫਿਰ ਮਤਲਬ 1921 ਦੀ ਜਿਹੜੀ ਅਹਿਮਦਾਬਾਦ ਕਾਂਗਰਸ ਦੇ ਵਿੱਚ
ਇਹਨਾਂ ਨੇ ਰਾਮ ਪ੍ਰਸਾਦ ਬਿਸਮਲ ਨੇ ਜੀ ਤੇ ਹਸਰਤ ਮੋਹਨੀ ਇਹਨਾਂ ਨੇ ਜਿਹੜਾ ਪੂਰਨ ਸਾਹਿਬ ਰਾਜ ਦਾ ਉੱਥੇ ਮਤਾ ਪੇਸ਼ ਕੀਤਾ ਉਹਦੇ ਵਿੱਚ ਉਸ ਕਾਂਗਰਸ ਦੇ ਵਿੱਚ ਤੇ ਉਹ ਹੁਣ ਕਿਉਂਕਿ ਉਹਨੂੰ ਚਲਾ ਰਹੇ ਸੀ ਗਾਂਧੀਵਾਦੀ ਜਿਹੜੇ ਸਾਰੇ ਉਹ ਗਾਂਧੀ ਦੇ ਨਾਲ ਦੇ ਬੰਦੇ ਪਰ ਉਹ ਉਹਦੇ ਵਿੱਚ ਨਾ ਇੰਨਾ ਮਤਲਬ ਜੋਸ਼ ਲੋਕਾਂ ਨੇ ਦਿਖਾਇਆ ਖਾਸ ਕਰਕੇ ਨੌਜਵਾਨਾਂ ਨੇ ਵੀ ਉਹਨਾਂ ਨੂੰ ਨਾ ਉਹ ਮਤਾ ਨਾ ਚਾਹੁੰਦੇ ਹੋਏ ਵੀ ਪਾਸ ਕਰਨਾ ਪਿਆ ਇਹ ਮਤਲਬ ਹਿਸਟਰੀ ਦੇ ਵਿੱਚ ਲਿਖੀ ਹੋਈ ਗੱਲ ਉਹ ਚਾਹੁੰਦੇ ਨਹੀਂ ਸੀ ਵੀ ਇਹਨੂੰ ਕਰੀਏ ਆਪਾਂ ਪਾਸ ਮਤੇ ਨੂੰ ਪਰ ਉਹਨਾਂ ਨੂੰ ਕਰਨਾ ਪਿਆ ਸੋ ਉੱਥੋਂ ਲੈ ਕੇ ਫਿਰ ਜਿਹੜਾ ਹਸਰਤ ਮੋਹਾਨੀ ਅਤੇ ਰਾਮ ਪ੍ਰਸਾਦ ਬਿਸਮਲ ਇਹ ਬਾਅਦ ਦੀਆਂ ਜਿੰਨੀਆਂ ਵੀ ਮਤਲਬ ਹੁੰਦੀਆਂ ਰਹੀਆਂ ਗੈਦਰਿੰਗ ਉਹਨਾਂ ਨੇ ਬਿਲਕੁਲ ਮਤਲਬ ਇਹਨੂੰ ਅਡਾਪਟ ਹੀ ਕਰ ਲਿਆ ਇਹਨੇ ਇਨਕਲਾਬ ਜ਼ਿੰਦਾਬਾਦ ਜ਼ਰੂਰ ਕਹਿੰਦੇ ਸੀ ਜਾਂ ਜਦੋਂ ਮਿਲਦੇ ਸੀ ਉਦੋਂ ਵੀ ਇੱਕ ਦੂਜੇ ਨੂੰ ਕਹਿੰਦੇ ਸੀ ਅੱਛਾ ਉਹ ਤੋਂ ਬਾਅਦ ਫਿਰ ਜਦੋਂ ਪਹਿਲੀ ਵਾਰੀ ਮਤਲਬ ਜਿਹੜਾ ਰਾਜਨੀਤਿਕ ਪੱਧਰ 'ਤੇ ਜਾਂ ਵਰਲਡ ਦੀ ਸਟੇਜ 'ਤੇ ਜਿਹੜੀ ਗੱਲ ਬਾਹਰ ਗਈ ਇਨਕਲਾਬ ਜ਼ਿੰਦਾਬਾਦ ਦੀ 1929 ਜਦੋਂ ਭਗਤ ਸਿੰਘ ਅਤੇ ਸਾਥੀਆਂ ਨੇ ਅਸੈਂਬਲੀ 'ਚ ਬੰਬ ਸੁੱਟਿਆ ਉਹਨਾਂ ਨੇ ਸੁੱਟਣ ਤੋਂ ਬਾਅਦ ਫਿਰ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਉਹਦੇ ਨਾਲ ਫਿਰ ਸਾਰੇ ਮਤਲਬ ਮੀਡੀਆ ਦੇ ਵਿੱਚ ਇਹ ਗੱਲ ਵਰਲਡ ਵਾਈਡ ਗਈ ਅਖਬਾਰਾਂ 'ਚ ਵੀ ਆਹ ਉਹਨਾਂ ਨੇ ਕਿਹਾ ਇੱਦਾਂ ਇੱਦਾਂ ਗੱਲ ਹੋਈ ਅਤੇ ਉਸ ਤੋਂ ਬਾਅਦ ਫਿਰ ਬਕਾਇਦਾ ਇਹ ਹਿੱਸਾ ਬਣ ਗਿਆ ਉਸ ਲਹਿਰ ਦਾ ਉਹਨਾਂ ਲੋਕਾਂ ਦਾ ਜਿਹੜੇ ਕਿ ਉਹ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਜਿਹੜੇ ਉਹ ਪੂਰਨ ਮਤਲਬ ਆਜ਼ਾਦੀ ਚਾਹੁੰਦੇ ਸੀ ਵੀ ਜਿਹੜੇ ਸਿਸਟਮ ਨੂੰ ਬਦਲਣਾ ਚਾਹੁੰਦੇ ਸੀ ਉਹਨਾਂ ਨੇ ਨਾਰਾ ਦਿੱਤਾ ਇਹ ਨਹੀਂ ਗਾ ਵੀ ਸਿਸਟਮ ਨੂੰ ਠੀਕ ਕਰਨ ਨੂੰ ਨਾਰਾ ਦਿੱਤਾ ਸਿਸਟਮ ਨੂੰ ਚੇਂਜ ਕਰਨ ਨੂੰ ਨਾਰਾ ਇਨਕਲਾਬ ਆ ਜੇ ਮੈਂ ਗਲਤ ਨਹੀਂ ਗਾ ਤਾਂ ਅਸਲ 'ਚ ਉਹ ਤਾਂ ਨਵਾਂ ਉਹਨਾਂ ਨੇ ਕ੍ਰੀਏਟ ਕਰਨਾ ਸੀ ਨਾ ਸਿਸਟਮ ਤਾਂ ਕ੍ਰੀਏਟ ਕਰਨਾ ਸੀ ਹਲੇ ਪਹਿਲੇ ਨਾਲ ਸਹਿਮਤ ਨਹੀਂ ਸੀ ਨਵਾਂ ਕ੍ਰੀਏਟ ਕਰਨਾ ਸੀ ਅਤੇ ਇਨਕਲਾਬ ਜ਼ਿੰਦਾਬਾਦ ਤੁਹਾਡੇ ਕਹਿਣ ਮੁਤਾਬਕ ਉਹ ਨਾਰਾ ਆਇਆ ਵੀ ਪੁਰਾਣਾ ਸਿਸਟਮ ਖਤਮ ਨਵਾਂ ਸਿਸਟਮ ਆਊਗਾ ਅਤੇ ਉਹ ਇਨਕਲਾਬ ਹੋ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹਦਾ ਆਖਰੀ ਅਰਥ ਇਹ ਆ ਵੀ ਉਹ ਕੋਈ ਜਿਹੜੀ ਵੀ ਚੀਜ਼ ਨੂੰ ਤੁਸੀਂ ਤਬਦੀਲ ਕਰਨਾ ਚਾਹੁੰਦੇ ਆ ਉਹ ਸਿਰਫ ਮਤਲਬ ਉਹਦੀ ਇੱਦਾਂ ਕੋਈ ਤਬਦੀਲੀ ਥੋੜ੍ਹੀ ਬਹੁਤੀ ਨਾ ਹੋਵੇ ਉਹਦਾ ਬਿਲਕੁਲ ਰੂਪ ਹੀ ਬਦਲ ਜਾਂਦਾ ਯਾ ਉਹਦਾ ਉਹਦੇ ਚ ਫੰਡਾਮੈਂਟਲ ਚੇਂਜ ਆਉਂਦੀ ਹੈ ਠੀਕ ਹੈ ਬੁਨਿਆਦੀ ਚੇਂਜ ਕਰਦੇ ਵੀ ਪਿਛਲੇ ਪ੍ਰੋਗਰਾਮ ਤੁਸੀਂ ਗੱਲ ਕੀਤੀ ਸੀ ਜਿਹੜੀ ਆ ਵੋਟਰ ਵੀ ਜਦੋਂ ਵੋਟਾਂ ਦੇਣ ਆਇਆ 5 ਸਾਲਾਂ ਬਾਅਦ ਜੇ 5 ਸਾਲ ਤੱਕ ਸਰਕਾਰ ਟਿਕੀ ਰਹੀ ਤੇ ਵੋਟ ਵਾਲੇ ਦਿਨ ਵੋਟਰ ਨੇ ਵੋਟ ਪਾਈ ਤੇ ਵੋਟਰ ਦੀ ਪਾਵਰ ਫੇਰ ਖਤਮ ਤੇ ਆਉਂਦੇ 5 ਸਾਲਾਂ 'ਚ ਫਿਰ ਉਹਦੀ ਪਾਵਰ ਫੇਰ ਵਾਪਸ ਆਊਗੀ ਅਤੇ ਜੇ ਹੁਣ ਸਾਰੇ ਥਾਵਾਂ 'ਤੇ ਕਿਤੇ ਫੀਮੇਲ ਜਿਹੜੀ ਆ ਫੀਮੇਲ ਇੰਪਾਵਰਮੈਂਟ ਦੀ ਗੱਲ ਹੁੰਦੀ ਆ ਕਿਤੇ ਲੇਬਰ ਰਾਈਟਸ ਦੀ ਗੱਲ ਹੁੰਦੀ ਆ ਜਿਵੇਂ ਤੁਹਾਡਾ ਕੀ ਓਪੀਨੀਅਨ ਆ ਵੀ ਵੋਟਰ ਇੰਪਾਵਰਮੈਂਟ ਜਿਹੜੀ ਆ ਉਹ ਕਿਵੇਂ ਹੋ ਸਕਦੀ ਹੈ ਉਹ ਇਸ ਤਰੀਕੇ ਦੀ ਗੱਲ ਹੈ ਜੀ ਪਹਿਲੀ ਤਾਂ ਪਹਿਲਾ ਜਿਹੜਾ ਬੇਸਿਕ ਕੁਐਸਚਨ ਬੇਸਿਕ ਜਿਹੜਾ ਸਵਾਲ ਹੈ ਇਹਦੇ ਵਿੱਚ ਇਹ ਵੀ ਜਿਹੜੀ ਸੋਵਰੇਨਿਟੀ ਜਾਂ ਸੋਵਰੇਨਿਟੀ ਕਿੱਥੇ ਲਾਈ ਕਰਦੀ ਕੌਣ ਹੈਗੇ ਆ ਹਾਂਜੀ ਸੋਵਰੇਨ ਕੌਣ ਆ ਲੋਕ ਆ ਜਾਂ ਪਾਰਲੀਮੈਂਟ ਆ ਜਾਂ ਅਸੈਂਬਲੀ ਆ ਇਹ ਵੱਡਾ ਮਸਲਾ ਸਭ ਤੋਂ ਹੈਗਾ ਕਿ ਜਿੰਨੀ ਦੇਰ ਇਹ ਇਸ਼ੂ ਨਹੀਂ ਨਾ ਸੈਟਲ ਹੁੰਦਾ ਉੰਨੀ ਦੇਰ ਇਹ ਗੱਲ ਇਸੇ ਤਰੀਕੇ ਦੀ ਰਹਿਣੀ ਹੈਗੀ ਆ ਕਿਉਂਕਿ ਜੇ ਉਹ ਠੀਕ ਹੈ ਤੁਸੀਂ ਜੇ ਸੀ ਜੇ ਮਤਲਬ ਲੋਕ ਸੋਵਰੇਨ ਆ ਤਾਂ ਉਹ ਠੀਕ ਹੈ ਤੁਸੀਂ ਆਪਣੇ ਡੈਪਟੀ ਜਾਂ ਆਪਣੇ ਆਪਣੇ ਐੱਮ ਐੱਲ ਏ ਜਾਂ ਜੋ ਕੁਛ ਵੀ ਚੁਣਦੇ ਆ ਚੁਣ ਸਕਦੇ ਆ ਟਾਈਮ ਬੀਇੰਗ ਲਈ ਪਰ ਜਿਹੜੀ 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 ਅਸਲੀ ਤਾਕਤ ਹੋਊਗੀ ਰੈਜ਼ੀਡੂਅਲ ਪਾਵਰ ਜਿਹਨੂੰ ਕਹਿੰਦੇ ਉਹ ਤੁਹਾਡੇ ਹੱਥ 'ਚ ਰਹੂਗੀ ਲੋਕਾਂ ਦੇ ਹੱਥ 'ਚ ਰਹੂਗੀ ਉਹ ਰੈਜ਼ੀਡੂਅਲ ਪਾਵਰ ਜਿਹੜੀ ਬਾਕੀ ਦੀ ਪਾਵਰ ਹੈ ਠੀਕ ਹੈ ਜੀ ਜਿਹਨੂੰ ਜਦ ਮਰਜ਼ੀ ਜੇ ਲੋਕ ਸੋਵਰੇਨ ਆ ਤਾਂ ਪਰ ਜੇ ਜਿਸ ਤਰੀਕੇ ਦਾ ਸਿਸਟਮ ਚੱਲਦਾ ਉੱਥੇ ਇਹ ਤਾਂ ਕਹਿੰਦੇ ਵੀ ਸਾਰੀ ਸੋਵਰੇਨਿਟੀ ਹੈਗੀ ਪਾਰਲੀਮੈਂਟ ਦੇ ਕੋਲ ਹੈ ਜੋ ਵੀ ਮਰਜ਼ੀ ਕਰ ਸਕਦੀ ਹੈ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਨੂੰ ਜਿਹੜੇ ਅਖਤਿਆਰਾਂ ਦਿੱਤੇ ਹੋਏ ਆ ਨਾ ਨਹੀਂ ਉਹ ਤਾਂ ਮਤਲਬ ਕਿਸੇ ਕੌਮੀ ਨੂੰ ਕਿਸੇ ਕੌਮ ਨੂੰ ਕਿਸੇ ਕੌਮੀਅਤ ਨੂੰ ਮੰਨਦੇ ਨਹੀਂ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਉਹ ਜੋ ਵੀ ਮਰਜ਼ੀ ਕਿਸੇ ਦਾ ਪਾਣੀ ਆ ਕਿਸੇ ਦਾ ਕੋਈ ਨੈਚੁਰਲ ਰਿਸੋਰਸ ਜਿਹਨੂੰ ਮਰਜ਼ੀ ਚੱਕ ਕੇ ਦੇ ਦੇਣ ਉਹਨਾਂ ਦੀ ਮੈਜੋਰਿਟੀ ਚਾਹੀਦੀ ਆ ਇਹ ਜਿਹੜੀ ਗੱਲਬਾਤ ਹੈਗੀ ਨਾ ਇਹਦਾ ਮਤਲਬ ਹੈ ਵੀ ਲੋਕ ਸੋਵਰੇਨ ਨਹੀਂ ਹੈਗੇ ਨਾ ਕੋਈ ਨੇਸ਼ਨ ਅਤੇ ਨੈਸ਼ਨੈਲਿਟੀਜ਼ ਨੂੰ ਕੋਈ ਰੈਕੋਗਨੀਸ਼ਨ ਹੈਗੀ ਆ ਇਹ ਸਿਸਟਮ ਨੀਡਸ ਟੂ ਬੀ ਚੇਂਜ ਇਹਦੇ ਤਬਦੀਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਠੀਕ ਹੈ ਜੀ ਇੱਥੇ ਮੈਂ ਉਹ ਅਸਲੀ ਇਨਕਲਾਬ ਇੱਕ ਵਾਰ ਥੋੜ੍ਹੀ ਜਿਹੀ ਗੱਲ ਇੱਥੇ ਐਡ ਕਰਨਾ ਚਾਹੁੰਦਾ ਕੰਸਟੀਟਿਊਸ਼ਨ ਦੀ ਜਿਹੜੀ ਗੁਰਦੇਵ ਹੋਣਾ ਨੇ ਗੱਲ ਕੀਤੀ ਜੀ ਮਤਲਬ ਇਹ ਕਿਉਂ ਇੱਦਾਂ ਆ ਇਹ ਤੁਸੀਂ ਇਹਦਾ ਜੇ ਆਪਾਂ ਪਿੱਛੇ ਬੈਕਗਰਾਊਂਡ 'ਚ ਜਾਈਏ ਵੀ ਜਦੋਂ ਸੰਵਿਧਾਨ ਬਣਿਆ ਸੀ ਉਹ ਜਿਹੜੀ ਕਮੇਟੀ 165 ਬੰਦਿਆਂ 'ਤੇ ਮੇਰੇ ਖਿਆਲ ਅਧਾਰਤ ਉਹਨਾਂ ਨੇ ਬਣਾਈ ਸੀਗੀ ਉਹਨਾਂ ਦੇ ਕੋਲ ਉਹਨਾਂ ਨੂੰ ਇਹ ਉਹਨਾਂ ਨੇ ਡਰਾਫਟ ਪੇਸ਼ ਕੀਤਾ ਜਿਹੜਾ ਉਹ ਜੇ ਤੁਸੀਂ ਦੇਖੋ ਤਾਂ ਹੈਰਾਨ ਹੁੰਦੇ ਆ ਵੀ ਉਹ ਬ੍ਰਿਟਿਸ਼ ਗੌਰਮੈਂਟ ਦਾ ਜਿਹੜੇ 1909 'ਚ 1919 'ਚ ਅਤੇ 1935 'ਚ ਜਿਹੜਾ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਸੀਗਾ ਨਾ ਉਹਦਾ ਜਿਹੜਾ ਕੰਸਟੀਟਿਊਸ਼ਨ ਚੱਲ ਰਿਹਾ ਸੀ ਉਹਦੇ 'ਤੇ ਆਧਾਰਿਤ ਕੀਤਾ ਅਤੇ ਉਹਦੇ ਨਾਲ ਨਾਲ ਉਹਨਾਂ ਨੇ ਅਮੈਰੀਕਨ ਬਿੱਲ ਆਫ ਰਾਈਟਸ ਹਾਂਜੀ ਇਹ ਚੀਜ਼ਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਇੱਕ ਡਰਾਫਟ ਤਿਆਰ ਕੀਤਾ ਉਸ ਕਮੇਟੀ ਨੇ ਅਤੇ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਬ੍ਰਿਟਿਸ਼ ਗੌਰਮੈਂਟ ਦਾ ਪਾਰਲੀਮੈਂਟਰੀ ਸਿਸਟਮ ਸੀ ਜੇ ਉਹਦੇ ਆਪਾਂ ਮਤਲਬ ਬ੍ਰਿਟਿਸ਼ ਗੌਰਮੈਂਟ ਦੇ ਉਸ ਸਿਸਟਮ 'ਤੇ ਜਿਹੜੀ ਆਧਾਰਿਤ ਗੱਲ ਸੀ ਉਸ ਵੇਲੇ ਅਤੇ ਉਹ ਤਾਂ ਇੰਪਾਵਰਮੈਂਟ ਚਾਹੁੰਦੇ ਹੀ ਨਹੀਂ ਸੀ ਨੇਸ਼ਨ ਦੀ ਉਹ ਤਾਂ ਲੋਕਾਂ ਦੀ ਇੰਪਾਵਰਮੈਂਟ ਚਾਹੁੰਦੇ ਹੀ ਨਹੀਂ ਸੀ
ਕਿਉਂਕਿ ਉਹ ਤੇ ਉਹਨਾਂ ਨੂੰ ਗੁਲਾਮ ਬਣਾ ਕੇ ਬਸਤੀਵਾਦੀ ਉਹਨਾਂ ਦੀ ਮਤਲਬ ਸੋਚ ਸੀਗੀ ਤੇ ਉਹਨਾਂ ਦੀ ਇੰਪਾਵਰਮੈਂਟ ਚਾਹੁੰਦੇ ਨਹੀਂ ਸੀ ਤੇ ਉਹੀ ਰਿਫਲੈਕਟ ਹੁਣ ਤੱਕ ਜਿਹੜੇ ਸਿੰਪਟਮਸ ਆ ਉਹ ਰਿਫਲੈਕਟ ਕਰ ਰਹੇ ਆ ਵੀ ਲੋਕ ਜਿਹੜੇ ਉਹ ਇੰਪਾਵਰਡ ਨਹੀਂ ਹੈਗੇ ਇਸ ਕੰਟਰੀ 'ਚ। ਤੁਸੀਂ 1919 ਦੀ ਗੱਲ ਕੀਤੀ ਆ ਅਤੇ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਦੀ ਗੱਲ ਕੀਤੀ ਆ, ਉਹ ਜਿਹੜੀ ਆ 1919 'ਚ ਇੱਕ ਨਾਲ ਹੀ ਯਾਦ ਆ ਜਾਂਦਾ ਆ ਰੋਲ ਐਕਟ ਜਲਿਆਂਵਾਲੇ ਬਾਗ ਦਾ ਸਾਕਾ। ਹਾਂਜੀ, ਅਤੇ ਜੇ ਇਨਪਾਵਰਮੈਂਟ ਦੀ ਗੱਲ ਕਰੀਏ ਆਮ ਇਨਸਾਨ ਦੀ, ਆਮ ਵੋਟਰ ਦੀ ਜਾਂ ਜਿਨ੍ਹਾਂ ਨੇ ਵੀ ਇਲੈਕਟ ਕਰਨੇ ਰਿਪ੍ਰੈਜ਼ੈਂਟੇਟਿਵ, ਤਾਂ ਮੇਰਾ ਖਿਆਲ ਹੈ ਵੀ ਉਹ ਰੋਲਟ ਐਕਟ ਦਾ ਇੱਕ ਬਹੁਤ ਵੱਡਾ ਬਲੋ ਆ ਉਸ ਇਨਪਾਵਰਮੈਂਟ 'ਤੇ। ਬਿਲਕੁਲ, ਚੁੱਕੇ ਕਰਦੇ ਇਸ ਤਰੀਕੇ ਸੀ ਨਾ ਅੰਗਰੇਜ਼, ਜਦੋਂ ਲੋਕਾਂ 'ਚ ਉਭਾਰ ਸੀ ਨਾ ਕੋਈ ਨਾ ਕੋਈ ਇੱਦਾਂ ਦੀ ਚੀਜ਼ ਭੇਜ ਦੇਣੀ ਵੀ ਜਿਹੜੇ ਕੁਛ। ਦੂਸਰਾ ਇਹ ਸਿਸਟਮ ਸਾਰਾ ਜਿਹੜਾ ਨਾ ਉਹ ਲੋਲੀਪੋਪ ਦਿਖਾਉਣ ਵਾਲੀ ਗੱਲ ਹੀ ਸੀ ਸਾਰੀ, ਹੋਰ ਤਾਂ ਮਤਲਬ ਅਸਲੀ ਕੋਈ ਚੀਜ਼ ਜਿਹੜੀ ਨਾ ਹੋ ਜਾਵੇ, ਕੋਈ ਅਸਲੀ ਤਾਕਤ ਜਿਹੜੀ ਉਹਨੂੰ ਲੋਕਾਂ ਨੂੰ ਨਹੀਂ ਦੇਣੀ, ਬਲਕਿ ਉਹਨਾਂ ਨੂੰ ਭੁਲੇਖੇ 'ਚ ਪਾ ਕੇ ਅਤੇ ਉਹਨੂੰ ਮਤਲਬ ਇਸੇ ਤਰੀਕੇ ਦੇ ਨਾਲ ਭੰਬੜ ਭੂਸਿਆਂ 'ਚ ਪਾਈ ਰੱਖੋ। ਅਤੇ ਇਹੋ ਚੀਜ਼ ਇਹ ਸੀਗੀ ਜੋ ਕੁਛ ਉਦੋਂ ਵੀ ਕੀਤਾ ਗਿਆ ਨਾ। ਬਾਕੀ ਜਿਵੇਂ ਤੁਸੀਂ ਕਿਹਾ ਵੀ ਕੰਸਟੀਟਿਊਸ਼ਨ ਦੇ ਵਿੱਚ ਜਿਹੜੇ ਸ਼ਰੇਆਮ, ਚੁੱਕੇ ਜੇ ਤੱਕ ਕੰਸਟੀਟਿਊਸ਼ਨ ਲੋਕ ਇੱਕ ਹੁੰਦਾ ਸੀ ਕੰਸਟੀਟਿਊਸ਼ਨ ਦੀ ਵਿਲ ਦਰਅਸਲ ਜਿਹੜੇ ਲੋਕ ਬਾਗੀ ਆ, ਜਿਹੜੇ ਲੋਕ ਕੀ ਲੜਦੇ ਹੈਗੇ ਆਪਣੇ ਹੱਕਾਂ ਲਈ, ਉਹਨਾਂ ਦੀ ਵਿਲ ਨੂੰ ਜੇ ਤਾਂ ਉਹ ਕੰਸਟੀਟਿਊਸ਼ਨ, ਜੇ ਉਹਨਾਂ ਦੀ ਵਿਲ ਨੂੰ ਅੱਖਰਾਂ 'ਚ ਲਿਖਦਾ ਆ ਨਾ, ਉਹ ਇੱਕ ਤਰ੍ਹਾਂ ਦਾ ਕੰਸਟੀਟਿਊਸ਼ਨ ਹੋਊਗਾ। ਜੇ ਉਹ ਕੰਸਟੀਟਿਊਸ਼ਨ, ਜੇ ਲੋਕ ਇਨਸਰਜੈਂਟ ਲੋਕ ਜਿਹੜੇ ਆ, ਜੇ ਉਹਨਾਂ ਨੂੰ ਛੱਡ ਕੇ ਕੁਛ ਹੋਰ ਗੱਲ ਕੀਤੀ ਜਾਂਦੀ ਆ, ਫਿਰ ਉਹ ਕੰਸਟੀਟਿਊਸ਼ਨ ਉਸੇ ਤਰੀਕੇ ਦਾ ਹੋਊਗਾ। ਸੋ ਇਹ ਕੰਸਟੀਟਿਊਸ਼ਨ ਜਿਹੜਾ ਸੀ ਨਾ ਬ੍ਰਿਟਿਸ਼, ਜਿੱਦਾਂ ਪਹਿਲਾਂ ਕਾਂਗਰਸ ਬਣਾਈ, ਕਾਂਗਰਸ ਬ੍ਰਿਟਿਸ਼ ਨੇ ਪੈਦਾ ਕੀਤੀ ਇਸ ਕਰਕੇ ਵੀ ਲੋਕ ਆਪਣਾ ਭਾਫ ਕੱਢ ਸਕ ਸਕਣ, ਜੇ ਕਿਤੇ ਥੋੜ੍ਹੀ ਬਹੁਤੀ ਗੱਲਬਾਤ ਪਤਾ ਲੱਗਦਾ ਰਹੇ। ਠੀਕ ਹੈ ਜੀ, ਗੱਲਬਾਤ ਇਸੇ ਤਰੀਕੇ ਨਾਲ ਇਹ ਗੱਲਬਾਤ ਜਾਰੀ ਰੱਖਾਂਗੇ। ਇਸ਼ਾਰਾ ਹੋ ਰਿਹਾ ਬ੍ਰੇਕ ਦਾ, ਪਹਿਲਾ ਜਿਹੜਾ ਹਿੱਸਾ ਹੈ ਜੀ, ਅਤੇ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਗੱਲਬਾਤ ਨੂੰ ਇਸ ਤਰ੍ਹਾਂ ਜਾਰੀ ਰੱਖਾਂਗੇ ਅਤੇ ਦੇਖਾਂਗੇ ਜੇ ਇੰਨੀਆਂ ਕੁ ਘੱਟ ਜਿਹੜੀਆਂ ਆ ਲਿਮਿਟਡ ਪੋਸੀਬਿਲਟੀਜ਼ ਆ ਅਤੇ ਕਿੰਨੀਆਂ ਕੁ ਪੋਸੀਬਿਲਟੀਜ਼ ਆ ਇੱਥੋਂ ਚੇਂਜ ਹੋਣੀਆਂ ਜਾਂ ਨਹੀਂ। ਦਰਸ਼ਕੋ ਵੇਖਦੇ ਰਹੋ ਪ੍ਰੋਗਰਾਮ ਅੱਜ ਦਾ ਪੰਜਾਬ ਟੀ ਵੀ 'ਤੇ, ਅਸੀਂ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ ਤੁਹਾਡੇ ਕੋਲ।